ਨਸ਼ਾ ਤਸਕਰਾਂ ਨੇ ਬਾਈਕ ਸਵਾਰਾਂ ਨੂੰ ਦਰੜ ਦਿੱਤਾ। ਮੌਕੇ ਤੇ ਇੱਕ ਨੌਜਵਾਨ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਸੜਕਾਂ ਤੇ ਪਰਿਵਾਰ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪੁਲਿਸ ਦੀ ਕਾਰਗੁਜ਼ਾਰੀ ਤੇ ਢਿੱਲੀ ਕਾਰਵਾਈ ਤੇ ਸਵਾਲ ਚੁੱਕੇ ਗਏ ਨੇ। ਤਾਂ ਖੰਨਾ ਦੇ ਵਿੱਚ ਕਾਰ ਸਵਾਰ ਨਸ਼ਾ ਤਸਕਰਾਂ ਨੇ ਬਾਈਕ ਸਵਾਰਾਂ ਨੂੰ ਦਰੜ ਦਿੱਤਾ। ਹਾਦਸੇ ਦੇ ਵਿੱਚ ਮੋਟਰਸਾਈਕਲ ਤੇ ਸਵਾਰ ਇੱਕ ਨੌਜਵਾਨ ਦੀ ਮੌਤ ਹੋਈ ਹੈ, ਦੋ ਜ਼ਖਮੀ ਹੋਏ ਨੇ। ਖੰਨਾ ਦੇ ਮਾਛੀਵਾੜਾ ਇਲਾਕੇ ਦੀ ਇਹ ਘਟਨਾ ਹੈ। ਪੁਲਿਸ ਤੇ ਕੋਈ ਠੋਸ ਕਾਰਵਾਈ ਨਾ ਕਰਨ ਦੇ ਇਲਜ਼ਾਮ ਲੱਗੇ ਨੇ। ਚਾਰ ਤਸਕਰ ਕਾਰ ਦੇ ਵਿੱਚ ਸਵਾਰ ਸੀ, ਜਿਨ੍ਹਾਂ ਨੇ ਬਾਈਕ ਸਵਾਰ ਇਹਨਾਂ ਤਿੰਨ ਜਾਣਿਆਂ ਨੂੰ ਕੁਚਲ ਦਿੱਤਾ। ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋਈ, ਜਿਸ ਦੀ ਮੌਤ ਹੋ ਗਈ ਉਹ ਪ੍ਰਾਈਵੇਟ ਬੈਂਕ ਦੇ ਵਿੱਚ ਮੈਨੇਜਰ ਲੱਗਿਆ ਹੋਇਆ ਸੀ। ਤਾਂ ਖੰਨਾ ਦੇ ਵਿੱਚ ਕਾਰ ਸਵਾਰ ਨਸ਼ਾ ਤਸਕਰਾਂ ਨੇ ਬਾਈਕ ਸਵਾਰਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ, ਦੋ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਪਰਿਵਾਰ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ, ਇਨਸਾਫ ਦੀ ਗੁਹਾਰ ਲਗਾਈ ਗਈ। ਦਰਅਸਲ ਨਸ਼ਾ ਤਸਕਰੀ ਰੋਕਣ ਦੇ ਮਾਮਲੇ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕਾਰ ਸਵਾਰ ਨਸ਼ਾ ਤਸਕਰਾਂ ਦੇ ਵੱਲੋਂ ਬਾਈਕ ਸਵਾਰਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਦੇ ਵਿੱਚ ਇਸ ਨੌਜਵਾਨ ਦੀ ਦਰਦਨਾਕ ਮੌਤ ਹੋਈ ਹੈ। ਨਹੀਂ ਕਹਿ ਸਕਦੇ ਉਸ ਟਾਈਮ ਤੇ ਆਪਾਂ ਤੇ ਪ੍ਰੈਜ਼ੈਂਟ ਨਹੀਂ ਸੀਗੇ। ਠੀਕ ਹੈ, ਅਗਰ ਅਸੀਂ ਉੱਥੇ ਹੁੰਦੇ ਤਾਂ ਸਭ ਕੁਝ ਦੱਸ ਸਕਦੇ। ਅਸੀਂ ਉੱਥੇ ਨਹੀਂ ਸੀਗੇ। ਜਿਵੇਂ ਸਾਨੂੰ ਤੁਸੀਂ ਕੀ ਚਾਹੁੰਦੇ ਹੋ ਇਨਸਾਫ ਕੀ ਚਾਹੁੰਦੇ? ਮੈਂ ਇਨਸਾਫ ਇਹ ਚਾਹੁੰਦੀ ਆ, ਜਿਵੇਂ ਮੇਰੇ ਭਰਾ ਦਾ ਮਰਡਰ ਹੋਇਆ, ਉਹਨੇ ਮੈਂ ਉਹਦਾ ਕਰੂੰਗੀ, ਮੇਰੇ ਤੇ ਜਿਹੜੀ ਮਰਜ਼ੀ ਧਾਰਾ ਲੱਗ ਜਾਵੇ, ਜਿਹੜੀ ਮਰਜ਼ੀ ਧਾਰਾ ਮੈਂ ਲੈਣੇ ਤਿਆਰ ਆ। ਹਾਂਜੀ, ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਹੈ, ਜਿਹਦੇ ਵਿੱਚ ਇੱਕ ਨੌਜਵਾਨ ਦੀ ਡੈਥ ਹੋਈ ਹੈ ਤੇ ਦੋ ਜ਼ਖਮੀ ਨੇ। ਤੇ ਉਹ ਜਾਣ ਬੁੱਝ ਕੇ ਹਿੱਟ ਕੀਤਾ ਉਹਨਾਂ ਨੌਜਵਾਨ ਨੂੰ, ਜਿਹਦੇ ਨਾਲ ਦੋ ਜਿਹੜੇ ਜ਼ਖਮੀ ਹਾਲਤ ਮੇਰੇ ਖਿਆਲ ਸ਼ਾਇਦ PGI ਨੇ, ਤੇ ਇੱਕ ਦੀ ਮੌਤ ਹੋ ਗਈ ਹੈ। ਤੇ ਸਾਰਾ ਪ੍ਰਸ਼ਾਸਨ ਹੈ ਉਸ ਸੰਬੰਧ ਵਿੱਚ, ਮਤਲਬ ਇਹ ਵੀ ਜੋ ਵੀ ਬਣਦੀ ਕਾਰਵਾਈ ਹੈ ਕਰਨ ਦੀ, ਤੁਹਾਨੂੰ ਪਤਾ ਵੀ ਉਹ ਬੰਦਾ ਜਿਹੜਾ ਹੈਗਾ ਜਿਹਨੇ ਸਭ ਕੁਛ ਕੀਤਾ, ਕ੍ਰਿਮੀਨਲ ਟਾਈਪ ਹੈਗਾ, ਪਹਿਲਾਂ ਵੀ ਉਹਦੇ ਪਰ ਕਈ ਵਰਤੇ ਹੈਗੇ ਨੇ। ਤੇ ਪ੍ਰਸ਼ਾਸਨ ਨੂੰ ਸਾਰਾ ਇਹ ਕਿਹਾ ਵੀ ਜੋ ਵੀ ਬਣਦੀ ਜੋ ਕਾਰਵਾਈ ਉੱਥੇ ਪੂਰੀ ਠੋਸ ਕਾਰਵਾਈ ਕੀਤੀ ਜਾਵੇ। ਨਸ਼ੇ ਦੇ ਮਾਮਲੇ ਦੇਖੋ ਜੀ, ਸਾਰੀਆਂ ਕੋਸ਼ਿਸ਼ਾਂ ਚੱਲਦੇ, ਤੁਸੀਂ ਵੀ ਨਾਲ ਹੋ। ਇੱਕ ਵੱਡਾ ਕੋਹੜ ਆ ਤੇ ਵੱਡੇ ਟਾਈਮ ਤੋਂ ਫੈਲਿਆ ਹੋਇਆ, ਤੇ ਸਾਡੀਆਂ ਕੋਸ਼ਿਸ਼ਾਂ ਚੱਲੀਆਂ ਨੇ, ਅੱਗੇ ਵੀ ਪਿੱਛੇ ਗੁਜ਼ਾਰੀ ਜ਼ਰੂਰ ਹੋਈ ਹੈ ਨਾ, ਪਰ ਇਹ ਹਟਦੇ ਨਹੀਂ ਹੈਗੇ। ਇਹ ਜਦੋਂ ਸਾਰਾ ਮਤਲਬ ਖਤਮ ਜਦੋਂ ਆਪਾਂ ਕਰਨਾ, ਰਲ ਕੇ ਹੋਣਾ, ਮਤਲਬ ਪ੍ਰਸ਼ਾਸਨ ਦੀ ਜ਼ਿਆਦਾ ਧਿਆਨ ਦੇਣ ਦੀ ਲੋੜ ਹੈਗੀ ਆ। ਤੁਹਾਨੂੰ ਪਤਾ ਵੀ ਪਿੱਛੇ ਜੇ ਵੀ ਇਸ ਤਰ੍ਹਾਂ ਦੇ ਕੰਮ ਬਿਲਕੁਲ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ। ਇਹ ਦੇਖੋ ਬੜੀ ਦੁੱਖ ਦਾ ਸਮਝ ਆਪ ਦੁੱਖ ਹੋਇਆ ਹੈ ਨਾ, ਕਿਸੇ ਪਰਿਵਾਰ ਚ ਜਦੋਂ ਮੈਂਬਰ ਚਲੇ ਜਾਂਦਾ, ਬੱਚੀਆਂ ਨੇ ਉਹਦੀਆਂ, ਤੀਸਰਾ ਬੱਚਾ ਉਹਦੇ ਹੋ। ਦੇਖੋ ਕੱਲ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੋਈ ਆ ਖੇੜੇ ਪਿੰਡ ਦੇ ਵਿੱਚ, ਜਿਹੜੇ ਗਲਤ ਅਨਸਰ ਨੇ, ਜਿਨ੍ਹਾਂ ਦੇ ਮਤਲਬ ਜੇ ਮੈਂ ਕਹਾਂ ਵੀ ਨਸ਼ੇ ਦੇ ਪਿੱਛੇ ਵੀ ਉਹਨਾਂ 'ਤੇ ਦੂਸ਼ਣਬਾਜ਼ੀ ਚੱਲਦੀ ਰਹੀ ਆ, ਪਿੰਡ ਦੇ ਨੌਜਵਾਨ ਮੁੰਡਿਆਂ ਦੇ ਵਿੱਚ ਗੱਡੀ ਮਾਰ ਕੇ ਇੱਕ ਵਿਚਾਰਾ ਸਾਡਾ ਵੀਰ ਜੋ ਮੌਕੇ 'ਤੇ ਮਰ ਗਿਆ, ਅਤੇ ਦੋ ਜਾਣੇ ਜਿਹੜੇ ਫੱਟੜ ਨੇ ਉਹਦੇ ਰਿਗਾਰਡਿੰਗ ਇੱਥੇ ਸਾਰੇ ਪਿੰਡ ਵਾਲੇ ਇਕੱਠੇ ਹੋਏ ਸੀ, ਕਿਉਂਕਿ ਕੱਲ੍ਹ ਜਦੋਂ ਸ਼ਾਮ ਟਾਈਮ ਪੁਲਿਸ ਉੱਥੇ ਪਹੁੰਚਦੀ ਆ ਤਾਂ ਜੋ ਉਹਨਾਂ ਦਾ ਵਤੀਰਾ ਸੀ ਜਿਹੜਾ ਉੱਥੇ ਮੌਜੂਦੀ 'ਤੇ ਮੌਜੂਦ ਸੀ IO, ਉਹਦੀ ਸ਼ਰਾਬ ਪੀਤੀ ਸੀ ਅਤੇ ਬੁਰਾ ਭਲਾ ਪਿੰਡ ਵਾਲਿਆਂ ਨੂੰ ਬੋਲ ਕੇ ਆਇਆ। ਸੋ ਪਿੰਡ ਵਾਲਿਆਂ ਦੀ ਡਿਮਾਂਡ ਆ ਵੀ ਇੱਕ ਤਾਂ ਉਹਨੂੰ ਇਮੀਡੀਏਟਲੀ ਸਸਪੈਂਡ ਕੀਤਾ ਜਾਵੇ, ਇੱਕ ਜਿਹੜੇ ਗਲਤ ਅਨਸਰ ਨੇ ਜਿਨ੍ਹਾਂ 'ਤੇ ਵਾਰ ਵਾਰ ਕੰਪਲੇਂਟਾਂ ਵੀ ਪਿੰਡ ਪਾਉਂਦਾ ਆ ਅਤੇ ਜਿਨ੍ਹਾਂ ਦੇ ਸਮੁੱਚਾ ਪਿੰਡ ਖਿਲਾਫ ਆ, ਉਹਦੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਗਿਆ ਵੀ ਉਹਨਾਂ 'ਤੇ ਬਣਦੀ ਕਾਰਵਾਈ ਕਰੋ, ਕਿਸੇ ਨੂੰ ਬਖਸ਼ਿਆ ਨਾ ਜਾਵੇ। ਪਹਿਲਾਂ ਰੌਲਾ ਇਹ ਪੈ ਰਿਹਾ ਵੀ ਇਹ ਕਹਿੰਦੇ ਵੀ ਐਕਸੀਡੈਂਟਲ ਕੇਸ ਆ, ਪਰ ਜੋ ਮੁੰਡੇ ਲੋਕਾਂ ਦੀਆਂ ਗੱਲਾਂ ਤੋਂ ਪਤਾ ਲੱਗਿਆ ਵੀ ਇਹਨਾਂ ਦੀ ਰੰਜਿਸ਼ਬਾਜ਼ੀ ਕਾਰਨ ਮੁੰਡਾ ਮਾਰਿਆ ਗਿਆ। ਸੋ ਪਿੰਡ ਵਾਲਿਆਂ ਦੀ ਡਿਮਾਂਡ ਆ ਵੀ 302 ਦਾ ਬੱਚਾ ਉਹਨਾਂ 'ਤੇ ਹੋਣਾ ਬਣਦਾ ਆ। ਸੋ ਇਸੇ ਰੋਸ ਵਜੋਂ ਸਾਰੇ ਇਕੱਠੇ ਹੋਏ ਸੀ ਅਤੇ ਹੁਣ ਡਿਪਟੀ ਸਾਹਿਬ ਵੀ ਆਏ ਨੇ ਇੱਥੇ, ਆਸ਼ਵਾਸਨ ਉਹਨਾਂ ਨੇ ਦਿੱਤਾ ਇਹਨਾਂ ਨੂੰ ਅਤੇ ਉਸੇ ਗੱਲ ਦੀ ਵੇਟ ਕਰ ਰਹੇ ਹਾਂ ਵੀ ਹੋਵੇ ਤਾਂ ਕਿ ਜਿਹੜੇ ਵਿਚਾਰਾ ਸਾਡਾ ਵੀਰ ਗਿਆ ਉਹਨਾਂ ਦੇ ਪਰਿਵਾਰਕ ਮੈਂਬਰ ਘਰੇ ਜਾਣ, ਉਹ ਸਾਡੇ ਵੀਰ ਦਾ ਸੰਸਕਾਰ ਕਰਨ, ਅਤੇ ਜੋ ਪਰਮਾਤਮਾ ਦਾ ਭਾਣਾ ਤਾਂ ਹੋ ਗਿਆ ਪਰ ਉਹਨੂੰ ਇਨਸਾਫ ਮਿਲਣਾ ਚਾਹੀਦਾ।
ਗੱਡੀ ਚੜਾ ਦੀ ਮੁੰਡੇ ਪਰ ਮੁੰਡੇ ਦੇ ਹੈ ਤਿੰਨ ਚਾਰ ਵਾਰੀ ਡੈਥ ਹੋ ਗਈ ਦੀ ਮੁੰਡੇ ਦੀ ਆਨ ਰਿਪੋਰਟ ਤੁਸੀਂ ਕੀ ਗੱਲ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਤੁਸੀਂ ਕੀ ਚਾਹੁੰਦੇ ਹੋ ਜੀ ਹੁਣ ਅਸੀਂ ਚਾਹੁੰਦੇ ਵੀ ਬੰਦਾ ਬਰਾਬਰ ਪੇਸ਼ ਹੋਵੇ ਅਸੀਂ ਬਰਾਬਰ ਮਾਰਨਾ ਹੋ ਖਿਲਾਫ ਕਾਰਵਾਈ ਕਰ ਕਹਿੰਦੇ ਆ ਇਹਦੇ ਖਿਲਾਫ ਇਹ ਹੈ ਜੀ ਜਿਹੜਾ ਸਾਡਾ ਥਾਣੇਦਾਰ ਤੇ ਨਹੀਂ ਐਲੀਗੇਸ਼ਨ ਲਾਇਆ ਵੀ ਉਹਨੇ ਮਿਸਬਿਹੇਵ ਕੀਤਾ ਸ਼ਰਾਬੀ ਹਾਲ ਦੇ ਵਿੱਚ ਸੀ ਉਹਨੂੰ ਮੈਂ ਵੀ ਜੇਲ੍ਹ ਲਈ ਇੱਥੇ ਉਹਨੂੰ ਪੁਲਿਸ ਲਾਈਨ ਡਿਪਾਰਟਮੈਂਟ ਇਨਕੁਆਇਰੀ ਦੇ ਸਸਪੈਂਸ਼ਨ ਦੀ ਸਿਫਾਰਸ਼ ਕਰਕੇ ਐਸ ਐਸ ਪੀ ਸਾਹਿਬ ਨੂੰ ਹੁਣੇ ਭੇਜਿਆ ਹੈ ਨੰਬਰ ਇੱਕ ਨੰਬਰ ਦੋ ਤੇ ਜਿਹੜਾ ਪਰਿਵਾਰ ਨੇ ਕਿਹਾ ਵੀ ਕੋਈ ਇੱਕ ਬੰਦੇ ਵਾਲੀ ਸਾਡੂ ਕਿਸੇ ਨੂੰ ਨਹੀਂ ਅਸੀਂ ਮੌਕੇ ਦੇਣੀ ਸੀ ਪਰਿਵਾਰ ਜਿੰਨੇ ਬੰਦੇ ਲਗਾਊਗਾ ਉਹਨਾਂ ਦੇ ਖਿਲਾਫ਼ ਸਾਰਿਆਂ ਦੇ ਖਿਲਾਫ਼ ਪਰਚਾ ਦਰਜ ਕਰਾ ਕੇ ਤੇ ਉਹਨਾਂ ਨੂੰ ਇਮੀਡੀਏਟਲੀ ਅਰੈਸਟ ਕਰਕੇ ਅੰਦਰ ਵੀ ਭੇਜਾਂਗੇ ਕੀ ਮਾਮਲਾ ਕੀ ਸੀ ਜੀ ਇਹ ਮਾਮਲਾ ਜਿਵੇਂ ਹੁਣ ਗੱਡੀ ਉਹਨਾਂ ਵਿੱਚ ਮਾਰਕ ਹੈ ਬੰਦੇ ਦੀ ਇਹਨਾਂ ਦੇ ਪਰਿਵਾਰ ਦੀ ਡੈਥ ਹੋਈ ਆ ਦੋ ਬੰਦੇ ਇੰਜਰਡ ਹੈ ਇਹਨਾਂ ਦੇ ਪਰਿਵਾਰਕ ਤੌਰ ਤੇ ਮੈਨੂੰ ਇਹ ਪਤਾ ਲੱਗਿਆ ਵੀ ਪਹਿਲਾਂ ਵੀ ਇੱਥੇ ਕੋਈ ਅੱਧਾ ਘੰਟਾ ਪਹਿਲਾਂ ਬੜੀ ਬੁੱਢੀ ਦੀ ਨੁਕਤਾ ਚੁੱਕੀ ਹੋਈ ਜਿਹੜੇ ਨੇ ਗੱਡੀ ਮਾਰੀ ਆ ਉਹ ਬੰਦੇ ਦੇ ਕੋਈ ਪਰਚੇ ਦਾ ਜਾਂ ਪਹਿਲਾਂ ਜੀ ਕੁਲਵਿੰਦਰ ਸਿੰਘ ਆ ਜੀ ਜਿਹਨੇ ਮਾਰਿਆ ਕਿਹਦੇ ਜੋ ਸੋਨੂ ਆਈ ਚੱਕਲੀ ਮੰਗਾ ਨਹੀਂ ਹੈ ਨੀ ਮੱਛਰ ਵਾਲੇ ਨਹੀਂ ਮੱਛੀ ਵਾਲੇ ਜਿਹੜੇ ਭਰਾ ਤੇ ਦੋਵਾਂ ਨੇ ਮਾਰੇ ਗੱਡੀ ਲਈ ਕਹਿੰਦਾ ਸੋਨੂੰ ਚਲਾ ਰਿਹਾ ਸੀ ਜਦੋਂ ਤੱਕ ਇਹਨਾਂ ਨੇ ਬਿਆਨ ਲਗਾਇਆ ਸਾਨੂੰ ਤੱਕ